ਸੋ ਤੁਹਾਡੇ ਸਿੰਬਲਿਜ਼ਮ 'ਚ ਤੁਹਾਡਾ ਦਬਦਬਾ ਹੁੰਦਾ, ਤੁਹਾਡੀ ਹੋਂਦ ਪਈ ਹੁੰਦੀ ਹੈ, ਇਸ ਲਈ ਜ਼ਰੂਰੀ ਹੁੰਦਾ ਸਿੰਬਲਿਜ਼ਮ, ਇਸ ਲਈ ਜ਼ਰੂਰੀ ਹੈ ਨਿਸ਼ਾਨ ਸਾਹਿਬ ਸਾਡੇ ਲਈ। ਫਿਰ ਅਗਲੀ ਗੱਲ, ਜਦੋਂ ਕੌਮ ਪਛਾਣ ਦਾ ਸੰਘਰਸ਼ ਲੜ ਰਹੀ ਹੋਵੇ, ਗੁਰੀਲਾ ਵਾਰਫੇਅਰ ਦੇ ਟੈਕਟਿਕਸ ਅਪਣਾ ਰਹੀ ਹੋਵੇ, ਉਦੋਂ ਤਾਂ ਐਂ ਲੜਿਆ ਜਾਂਦਾ ਹੁੰਦਾ। ਉਦੋਂ ਜਦੋਂ ਸਾਡੇ ਜੇਲ੍ਹਾਂ 'ਚ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਤੁਸੀਂ ਇਸ ਸਿਸਟਮ ਦੇ ਲੂਪ ਪੋਲ ਵਰਤ ਕੇ ਕਢਾਓ, ਕਿਉਂਕਿ ਇਹ ਸਿਸਟਮ ਸਾਨੂੰ ਹਰ ਮਾਰ ਮਾਰਦਾ, ਇਹ ਸਿਧਾਂਤਕ ਮਾਰ ਨਹੀਂ ਮਾਰਦੇ, ਇਹ ਜਿਹੜੀ ਗੈਰ ਸਿਧਾਂਤਕ ਮਾਰ ਆ ਉਹ ਮਾਰਦੇ ਆ, ਤੇ ਅਸੀਂ ਸਿਧਾਂਤਕ ਲੜਾਈ ਲੜਦੇ ਹੋਏ ਵੀ ਇਸ ਸਿਸਟਮ ਦੇ ਲੂਪ ਪੋਲ ਨਾ ਵਰਤੀਏ, ਫਿਰ ਤਾਂ ਬੇਵਕੂਫੀ ਹੋਵਾਂਗੇ। ਸੋ ਗੁਰੀਲਾ ਵਾਰਫੇਅਰ ਦੇ ਟੈਕਟਿਕਸ ਹੀ ਇਹ ਹੁੰਦੇ ਆ, ਜਦੋਂ ਬੈਲੈਂਸ ਆਫ ਪਾਵਰ ਇਕੁਅਲ ਨਾ ਹੋਵੇ, ਸਾਡੇ ਕੋਲ ਬੈਲੈਂਸ ਆਫ ਪਾਵਰ ਤਾਂ ਹੈ ਨਹੀਂ ਨਾ, ਪਾਵਰ ਤਾਂ ਉਹ ਲਈ ਬੈਠੀ ਆ ਸਾਰੀ। ਸੋ ਅੱਜ ਜੇ ਆਪਾਂ ਵਾਪਸ ਆਉਣੇ ਆਪਦੀ ਗੱਲ ਤੇ, ਗੱਲ ਇਹ ਆ ਵੀ ਅਸੀਂ ਗੁਰੀਲਾ ਵਾਰਫੇਅਰ ਚ ਪਛਾਣ ਦਾ ਸੰਘਰਸ਼ ਲੜ ਰਹੇ ਹਾਂ, ਹੋਂਦ ਦਾ ਸੰਘਰਸ਼ ਲੜ ਰਹੇ ਹਾਂ, ਤੇ ਚੋਣਾਂ ਦੇ ਮਸਲੇ ਚ ਇਸ ਪੂਰੀ ਰਾਜਸੀ ਜਿਹੜੀ ਪੰਜਾਬ ਦੀ ਇੱਕ ਦਾਅਵੇਦਾਰੀ ਆ ਉਹ ਸਾਡੇ ਬੰਦਿਆਂ ਕੋਲੇ ਹੋਵੇ, ਕਿਉਂਕਿ ਅਸੀਂ ਇਹ ਦਾਅਵਾ ਪੇਸ਼ ਕਰਦੇ ਹਾਂ, ਦਾਅਵਾ ਉਹੀ ਪੇਸ਼ ਕਰ ਸਕਦਾ ਜਿਹਨੇ ਕਦੇ ਸੰਘਰਸ਼ ਕੀਤਾ ਹੋਵੇ ਇੱਥੋਂ ਦੇ ਲੋਕਾਂ ਖਾਤਰ, ਇਸ ਧਰਤੀ ਖਾਤਰ। ਜਿਹਨੇ ਸੰਘਰਸ਼ ਨਹੀਂ ਕੀਤਾ ਉਹ ਦਾਅਵਾ ਕਿਵੇਂ ਰੱਖ ਸਕਦਾ।